अस्सलाम वालेकुम, मैं जी एम जमाली ते तुसने देखो सारा यूट्यूब चैनल सारा थल। उम्मीद करना के सारे खैर करिए नाल होसन मजे छो सिन दोस्तों, क्या हाल है पिछो ले दे पे सो दुकान दी सेटिंग थी नहीं पिंगे तो दिखे ने हम तो पहले जो सारा चैनल सब्सक्राइब नहीं किया तो जरूर कर गिन सो बेल आइकन दे बटन को भी दबा रे सो ਬਾਕੂ ਦੱਸਿਆ ਸੀ ਕਿ ਅਸਾਂ ਤੁਹਾਨੂੰ ਦੁਕਾਨਦਾਰ ਅਸੀਂ ਇੱਥੋਂ ਦੁਕਾਨ ਅਸਾਂ ਪਾਈਏ ਮੋਟਰਸਾਈਕਲ ਦੇ ਪਾਰਟਸ ਦੀ ਅਤੇ ਨਾਂ ਰੱਖੇ ਸੀ ਹਸਾਨ ਆਟੋ ਪਾਰਟਸ, ਲੇਕਿਨ ਹਾਲੇ ਲਿਖਾਈ ਕਰਾਉਣੀ ਹੈ। ਅਸਾਂ ਕਈ ਮਜਬੂਰੀ ਤੋਂ ਆਪ ਵਾਂਝ ਨਹੀਂ ਸੰਗੇ ਅਤੇ ਅਸਾਂ ਉਹਨਾਂ ਕੋਲ ਆਰਡਰ ਦੇ ਦਿੱਤਾ ਸੀ। ਅੱਗੇ ਵੀ ਉਹਨਾਂ ਨਾਲ ਥੋੜ੍ਹੀ ਜਿਹੀ ਲੈਣ ਦੇਣ ਚੱਲਦਾ ਰਹਿੰਦਾ ਹੈ। ਅਸਾਂ ਸਮਾਨ ਉਹਨਾਂ ਕੋਲ ਲਿਖਵਾ ਦਿੱਤਾ ਸੀ, ਉਹ ਬਿਲਟੀ 'ਤੇ ਆ ਗਏ। ਹੁਣ ਅਨਬੋਕਸਿੰਗ ਥੀਂਦਾ ਖੜ੍ਹੇ, ਸਮਾਨ ਡੱਬਿਆਂ 'ਚੋਂ ਕੱਢਦੇ ਪਏ, ਦੁਕਾਨ 'ਤੇ ਰੱਖਦੇ ਪਏ, ਲੈਂਦੇ ਪਏ। ਉਸਤਾਦ ਮਲਿਕ ਦਾਨੇ ਸਾਹਿਬ ਵੀ ਸਾਡੇ ਨਾਲ ਮੌਜੂਦ ਹਨ ਅਤੇ ਉਹ ਵਿਜ਼ਿਟ ਕਰਨ ਦੇ ਖੜੇ, ਸਮਾਨ ਦਾ ਵੀ ਦੁਕਾਨ ਦਾ ਵੀ ਇਹ ਠੰਡਾ ਗਿਆ ਨਿਕਿਆ ਇਹਨੂੰ ਸਭ ਪਿਲਾਵਣ ਕਿਤੇ। ਇਹ ਤਮਾਮ ਕੰਪਨੀਆਂ ਦਾ, ਹੌਂਡੇ ਦਾ, ਟੋਟਲ ਦਾ, ਸ਼ੈਲ ਦਾ, ਹੈਵੋਲੀਨ ਦਾ, ਮੋਬਲੈਲ ਵੀ, ਇਹ ਹਾਂਡਿਆਂ ਵਗੈਰਾ ਸਾਰਾ ਸਿਸਟਮ, ਮੋਟਰਸਾਈਕਲ ਜਿੰਨੇ ਵੀ ਪਾਰਟਸ ਹਨ। ਚੌਧਰੀ ਕਾਸ਼ਿਫ ਵੀ ਆ ਗਿਆ, ਟੋਟਲ ਪਾਰਟਸ ਇੱਥਾਂ ਆ ਗਏ। ਤੀਨ ਸਾਈਡ ਅਲਮਾਰੀ ਤੋਂ ਸਾਰੇ ਫਿਲਟਰ ਵਗੈਰਾ ਲੱਗ ਗਏ, ਇਹ ਹਾਲੀ ਖਾਲੀ ਪੈਣ 'ਤੇ ਇੱਥਾਂ ਆਉਣਾ ਇਨਸ਼ਾ ਅੱਲਾ। ਇਹ ਸਮਾਨ ਜਿਹੜਾ ਹੈ ਥੋੜ੍ਹਾ ਥੋੜ੍ਹਾ ਨਾਲ ਫਿਟ ਕਰੇ ਸਮਾਨ ਦੇ ਨਾਲ ਲੈ ਸਮਾਂ ਦੇ ਤਰੇ ਬੜੀ ਲੱਗ ਗਈ। ਇਸ ਪਾਸ ਪਾਣੀ ਪੀਓ ਪਹਿਲੇ, ਤਾਂ ਨੇ ਸਾਰੇ ਕਿਤੇ ਬੋਤਲ ਕਹਿੰਦਾ ਇਹਦੇ, ਬਹੁਤ ਤੁਹਾਡਾ ਸ਼ੁਕਰੀਆ ਸਹੀ ਭਾਓ ਇਹਨਾਂ ਕੋਲ ਪਿਲਾਉ ਸਹੀ ਸਾਬਣ ਗਿਲਾਸ ਜੀ ਰੱਖ। ਚੌਰੀ ਕਾਸ਼ਿਫ ਕੀ ਹਾਲ ਨੇ ਤੇਰੇ ਫਿਲਹਾਲ? ਸਾਲ ਕਾਸ਼ਿਫ ਕੋ ਠੰਡਾ ਪਿਲਾ ਚੌਰੀ ਹੋਣੀ। ਮੈਂ ਬਕਲਮ ਖੁਦ ਜਨਾਬ ਦੁਕਾਨ ਬਣਾਈਏ ਮੋਟਰਸਾਈਕਲਾਂ ਵਾਲੀ। ਮੈਂ ਕਿਹਾ ਤੈਨੂੰ ਬਾਹਰ ਧੱਕੇ ਖਾਣੇ ਪੈਂਦੇ ਨੇ ਸਮਾਨ, ਤੂੰ ਤਾਂ ਸਾਨੂੰ ਸਲੰਸਰ ਹੋਂਡਿਆ ਲਿਆ ਕੇ ਨਹੀਂ ਦਿੱਤਾ। ਮੈਂ ਆਖਰ ਇਸ ਦੁੱਖ 'ਚ ਦੁਕਾਨ ਹੀ ਬਣਾ ਲਈ। ਸਲੰਸਰ ਇੱਕ ਸੀ ਡੀ ਦਾ ਆਇਆ ਸੀ, ਉਹ ਨਾ ਥੋੜ੍ਹਾ ਡੈਮੇਜ ਹੋਇਆ। ਅੱਛਾ, ਸਲੰਸਰ ਬੜਾ ਮੈਂ, ਚਲੋ ਕੋਈ ਗੱਲ ਨਹੀਂ। ਹੁਣ ਤੇ ਇਹ ਪਾਸੇ ਉਸਤਾਦ ਮਲਿਕ ਦਾਨਿਸ਼ ਦੀ ਦੁਕਾਨ ਹੈ ਜਿਹੜਾ ਕਿ ਮਕੈਨੀਕਲ ਦਾ ਕੰਮ ਕਰੇ ਨੇ। ਕੱਲ੍ਹ ਅਸਾਂ ਇੱਥਾਂ ਸ਼ੈਡ ਦੇ ਉੱਤੇ ਫਲੈਕਸਾਂ ਪਹਿਨਦੀਆਂ, ਸਾਡੇ ਕੋਲੋਂ ਪਹਿਨਾ ਫਲੈਕਸ, ਉਹ ਅਸਾਂ ਲਿਖਵੇ ਸੂੰ, ਉਹ ਲੈ ਸੂੰ। ਇਸ ਤਰ੍ਹਾਂ ਦਾਨਿਸ਼ ਕੋਲੋਂ ਇੰਨਾ ਟਾਈਮ ਕੀਤਾ ਹੋਇਆ ਸਾਰੇ ਮੋਟਰਸਾਈਕਲ ਵਾਲਿਆਂ। ਇਹ ਅਸਾਂ ਹੁਣ ਮੋਟਰਸਾਈਕਲਾਂ ਦਾ ਥੋੜ੍ਹਾ ਥੋੜ੍ਹਾ ਜਿਹੜਾ ਸਮਾਨ ਹੈ ਉਹਦੀ ਸੈਟਿੰਗ ਵਗੈਰਾ ਕਾਫੀ ਨੇੜੇ ਲਾ ਗਏ ਹਨ। ਤਕਰੀਬਨ ਮੋਬਲੈਲ ਪਹਿਲੇ 2-3 ਖਾਨੇ 'ਚ ਹੂੰ ਕਲੋਜ਼ ਕਰ ਰਹੇ ਹਾਂ। ਪਿਸਟਲ ਵਗੈਰਾ, ਇੱਕ ਕੋਇਲਾਂ, ਮੈਗਨੇਟ ਪਲੇਟ, ਸੀ ਡੀ ਆਈ, ਟਾਈਮਿੰਗ ਚੈਨਾ, ਫਿਲਟਰ, ਇਸ਼ਾਰੇ, ਹੈਡਲਾਈਟ, ਬੈਕ ਬੱਤੀ, ਗੇਅਰ ਲੀਵਰ, ਗੇਅਰ ਸ਼ਾਫਟਾਂ, ਕਲੱਚ ਬਕਸੇ, ਜੈਨ ਕਿੱਟਾਂ, ਚੈਨ ਗਰਾਰੀ ਸੈੱਟ, ਲੈਦਰ, ਕੇਬਲ, ਇੱਡੇ ਹਾਲੀ ਸਮਾਨ ਪਏ ਥੀ। ਇਹ ਲਾਉਣਾ ਹੈ ਬੀਮਾ ਵਗੈਰਾ, ਮੀਟਰ ਕੇਸ, ਸ਼ਾਕ ਸਪਰਿੰਗ, ਰੋਡ, ਰੇਸ ਮੁੱਠਾਂ, ਕਲੱਚ ਪਲੇਟ, ਬ੍ਰੇਕ ਸਪਰਿੰਗ, ਪੂਰਾ ਸਮਾਨ ਹੈ ਤਕਰੀਬਨ। ਇੱਕ ਇੱਕ ਦੂਰ ਆਈਟਮ ਸਾਰੀਆਂ ਚੀਜ਼ਾਂ ਨੇ ਰੱਖੀਆਂ ਹੋਣ, ਪਲੱਗ, ਗੇਅਰ ਲੀਵਰ, ਗੇਅਰ ਸ਼ਾਫਟਾਂ। ਇਹ ਹੁਣ ਮੁਕੰਮਲ ਕਰੇਂਦੇ ਪਏ ਇਨਸ਼ਾ ਅੱਲਾ, ਬਸ ਥੋੜ੍ਹਾ ਟਾਈਮ ਲੱਗ ਸੀ। ਇਹ ਪਿੱਛੋਂ ਸਟੋਰ ਰੂਮ ਹੈ, ਮੋਟਰਸਾਈਕਲ ਖੜਾ ਕੇ ਦੀ ਤਾਂ ਚਾਰਪਾਈ ਵਗੈਰਾ ਰੱਖੂ ਜੀ। ਦੋਸਤੋ ਸੈਟਿੰਗ ਤਕਰੀਬਨ ਥੀ ਚੁੱਕੀ ਹੈ ਮੁਕੰਮਲ, ਅਤੇ ਹਾਲੀ ਥੋੜ੍ਹੀ ਥੋੜ੍ਹੀ ਰਾਂ ਦੀ ਵੀ ਹੈ। ਗਰਮੀ ਬੜੀ ਹੈ, ਸੈਟਿੰਗ ਹੁਣ ਕੁਝ ਠੀਕ ਠੀਕ ਗਈ ਹੈ ਅੱਗੇ ਨਾਲੋਂ। ਅੱਗੇ ਸਮਝ ਨਹੀਂ ਆਉਂਦੀ ਕਿਹੜੀ ਸ਼ਾਇਦ ਕਿੱਥਾਂ ਰੱਖੋ ਕਿਹੜੀ ਕਿੱਥਾਂ, ਹੌਲੀ ਹੌਲੀ ਆਪੇ ਵਾਲਾ ਆਵੇ ਸੀ ਸਾਰੀ ਜੀ। ਸੈਟਿੰਗ ਤਕਰੀਬਨ ਸਾਰੀ ਕੰਪਲੀਟ ਥੀ ਚੁੱਕੀ ਹੈ ਅਤੇ ਹੁਣ ਵੀਡੀਓ ਵੀ ਐਡ ਕਰੇ ਨੇ ਇਹ ਪੂਰੀ ਮਾਰਤਾ ਕੀ ਇਨਸ਼ਾ ਅੱਲਾ, ਬਕਾਇਦਾ ਖੁਦਾ ਕਰੇ ਸੂੰ, ਕੁਰਾਨ ਖਾਨੀ ਕਰੇ ਸੂੰ,
ताकि अल्लाह ताला कारोबार बरकत नाजिल करे, इजाजत देव अल्लाह सोने के हवाले बात इंशाल्लाह जल्दी वीडियो के नाल।